ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਸੱਤ ਫੁੱਟ ਸੱਤ ਇੰਚ ਦਾ ਕੱਦ, 19 ਨੰਬਰ ਦਾ ਬੂਟ, ਰੋਜ਼ ਦੀ ਖੁਰਾਕ 6-6 ਚਿਕਨ। ਜੀ ਹਾਂ, ਇਹ ਹਕੀਕਤ ਹੈ, ਇਹ ਹਕੀਕਤ ਹੈ ਸੁਨੀਲ ਚੌਧਰੀ ਨਾਮਕ ਇਸ ਸ਼ਖਸ ਦੀ। ਜੇਕਰ ਲੋਕਾਂ ਦੀ ਮੰਨੀਏ ਤਾਂ ਇਹ ਦੁਨੀਆ ਦਾ ਸਭ ਤੋਂ ਲੰਬਾ ਪੁਲਿਸ ਵਾਲਾ ਹੈ। ਜੰਮੂ ਕਸ਼ਮੀਰ ਪੁਲਿਸ ਦੇ ਵਿੱਚ ਭਰਤੀ ਹੋਏ ਸੁਨੀਲ ਚੌਧਰੀ ਦਾ ਕੱਦ ਕਾਠ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। 19 ਨੰਬਰ ਦਾ ਬੂਟ ਹੋਣ ਕਰਕੇ ਇਸ ਨੂੰ ਬੂਟ ਲੈਣ ਵੀ ਜਲੰਧਰ ਆਉਣਾ ਪੈਂਦਾ ਹੈ, ਕਿਉਂਕਿ ਬੂਟ ਸਪੈਸ਼ਲ ਬਣਾਉਣੇ ਪੈਂਦੇ ਨੇ। ਆਮ ਤੌਰ 'ਤੇ 19 ਨੰਬਰ ਦਾ ਬੂਟ ਮਾਰਕੀਟ 'ਚ ਨਹੀਂ ਮਿਲਦਾ। ਦੀ ਗ੍ਰੇਟ ਖਲੀ ਦਾ ਕੱਦ 7'1" ਹੈ, ਪਰ ਇਸ ਦਾ ਕੱਦ 7'7" ਹੈ। ਤੁਹਾਨੂੰ ਦੱਸ ਦਈਏ, ਗ੍ਰੇਟ ਖਲੀ ਵੀ ਪਹਿਲਾਂ ਪੰਜਾਬ ਪੁਲਿਸ 'ਚ ਸੀ ਅਤੇ ਸੁਨੀਲ ਚੌਧਰੀ ਨੂੰ ਵੀ ਕੱਦ ਘੱਟ ਕਰਕੇ ਜੰਮੂ ਕਸ਼ਮੀਰ ਪੁਲਿਸ 'ਚ ਨੌਕਰੀ ਮਿਲ ਗਈ। ਸੁਨੀਲ ਚੌਧਰੀ ਹਾਲ ਹੀ ਦੇ ਵਿੱਚ ਦੇਹਰਾਦੂਨ 'ਚ ਹੋਈਆਂ ਵੁਸ਼ੂ ਗੇਮਾਂ ਦੇ ਵਿੱਚ ਮੈਡਲ ਜਿੱਤ ਕੇ ਆਪਣੇ ਘਰ ਪੁੱਜਿਆ। ਉਸ ਦੇ ਬੱਚੇ ਇਹਨਾਂ ਦਿਨਾਂ ਦੇ ਵਿੱਚ ਨਵਾਂ ਸ਼ਹਿਰ ਸੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਮਿਲਣ ਇਹ ਨਵਾਂ ਸ਼ਹਿਰ ਪਹੁੰਚਿਆ। ਸੁਨੀਲ ਚੌਧਰੀ ਵੀ WWE ਦਾ ਚੈਂਪੀਅਨ ਬਣਨਾ ਚਾਹੁੰਦਾ ਹੈ ਅਤੇ ਹੌਸਲੇ ਦੇ ਨਾਲ ਭਰਪੂਰ ਸੁਨੀਲ ਚੌਧਰੀ ਸਾਰੇ WWE ਦੇ ਖਿਲਾੜੀਆਂ ਨੂੰ ਚੁਣੌਤੀ ਵੀ ਦੇ ਰਿਹਾ ਹੈ ਕਿ ਉਸਦੇ ਨਾਲ ਲਾ ਕੇ ਦੋ ਹੱਥ ਹੋਵੋ ਤਾਂ ਕਿ ਉਸਦੀ ਪਰਫੋਰਮੈਂਸ ਬਾਰੇ ਵੀ ਪਤਾ ਲੱਗ ਸਕੇ। ਸੁਨੀਲ ਚੌਧਰੀ ਜਦੋਂ ਸੜਕ 'ਤੇ ਤੁਰਦਾ ਹੈ ਤਾਂ ਲੋਕ ਉਸਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ। ਆਮ ਤੌਰ ਦੇ ਉੱਤੇ ਉਸਨੂੰ ਕਾਰ 'ਚ ਵੀ ਔਖੇ ਹੋ ਕੇ ਬਹਿਣਾ ਪੈਂਦਾ ਹੈ, ਕਿਉਂਕਿ ਕੱਦ ਕਾਠ ਹੀ ਇੰਨਾ ਉੱਚਾ ਹੈ। ਅਗਲੀਆਂ ਤਸਵੀਰਾਂ 'ਚ ਤੁਸੀਂ ਸੁਣੋ ਕੀ ਕਹਿ ਰਿਹਾ ਹੈ ਸੁਨੀਲ ਚੌਧਰੀ ਖੁਦ ਦੇ ਬਾਰੇ ਅਤੇ ਦੱਸ ਰਿਹਾ ਹੈ ਆਪਣੀ ਖੁਰਾਕ। ਨਮਸਕਾਰ, ਮੇਰਾ ਨਾਮ ਸੁਨੀਲ ਚੌਧਰੀ ਹੈ ਔਰ ਮੇਰੀ ਏਜ 27 ਸਾਲ ਹੈ ਔਰ ਵੇਟ ਮੇਰਾ 148 ਕੇਜੀ ਹੈ ਔਰ ਮੈਂ GNK ਪੁਲਿਸ ਮੇਂ ਕਾਮ ਕਰਤਾ ਹੂੰ। ਮੇਰੀ ਹਾਈਟ 7'7" ਹੈ, ਜਿਸ ਕੀ ਵਜ੍ਹਾ ਸੇ ਕਾਫੀ ਦਿੱਕਤੇ ਵੀ ਆਤੀ ਹੈ ਜ਼ਿੰਦਗੀ ਮੇਂ ਔਰ ਮੁਝੇ 19 ਨੰਬਰ ਕਾ ਜੁੱਤਾ ਆਤਾ ਹੈ ਔਰ ਜੋ ਜਗ੍ਹਾ ਪਰ ਤੋਂ ਮਿਲਤਾ ਨਹੀਂ ਹੈ। ਕੱਪੜੇ ਲੈਣੇ ਮੇਂ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਔਰ ਜੁੱਤਾ ਲੈਣੇ ਕੇ ਲੀਏ ਮੁਝੇ ਸਪੈਸ਼ਲ ਜਲੰਧਰ ਮੇਂ ਜਾਣਾ ਪੜਤਾ ਹੈ, ਕੱਪੜੇ ਵੀ ਸਪੈਸ਼ਲ ਬਣਾਉਣੇ ਪੜਤੇ ਹੈ ਤੋ ਸੋਨੇ ਕੇ ਲੀਏ ਬੈੱਡ ਵੀ ਮੈਨੇ ਸਪੈਸ਼ਲ ਬਣਾਇਆ ਤੋ ਜੈਸੇ ਚੇਅਰ ਪੇ ਬੈਠਣਾ ਹੋ ਤੋ ਵੋ ਵੀ ਸਪੈਸ਼ਲ ਚਾਹੀਏ ਤੋ ਮੈਂ ਦਿਨ ਮੇਂ ਆਪਣੇ ਸਰੀਰ ਕੋ ਫਿੱਟ ਰੱਖਣੇ ਕੇ ਲੀਏ ਦਿਨ ਮੇਂ ਮੈਂ ਪ੍ਰੈਕਟਿਸ ਕਰਤਾ ਹੂੰ, ਦਿਨ ਮੇਂ ਦੋ ਵਾਰ ਜਿਮ ਜਾਤਾ ਹੂੰ, ਸੁਬਹਾ ਬਾਦਸ਼ਾਹ ਕਰਤਾ ਹੂੰ, ਦੋ ਢਾਈ ਘੰਟੇ ਸ਼ਾਮ ਕੋ ਪ੍ਰੈਕਟਿਸ ਕਰਤਾ ਹੂੰ ਔਰ ਸਰੀਰ ਕੋ ਐਸੇ ਫਿੱਟ ਰੱਖਣੇ ਕੇ ਲੀਏ ਜੋ ਮੈਂ ਡਾਇਟ ਲੈਤਾ ਹੂੰ ਦਿਨ ਮੇਂ ਤੋ ਜੈਸੇ ਹੋ ਗਿਆ 4-5 ਚਿਕਨ ਹੋ ਗਏ, 8-10 ਲੀਟਰ ਦੁੱਧ ਹੋ ਗਿਆ, 25-20 ਅੰਡੇ ਹੋ ਗਏ, ਫਰੂਟ ਹੋ ਗਿਆ, ਡਰਾਈ ਫਰੂਟ ਹੋ ਗਿਆ, ਜੇ ਮੈਂ ਦਿਨ ਮੇਂ ਡਾਇਟ ਲੈਤਾ ਹੂੰ ਔਰ ਮੈਂ ਰੈਸਲਿੰਗ ਦੀ ਪ੍ਰੈਕਟਿਸ ਕਰ ਰਹਾ ਹੂੰ ਔਰ ਮੈਨੇ ਅਭੀ 2-3 ਫਾਈਟਾਂ ਵੀ ਖੇਲੀ ਹੈ। ਇੰਦੌਰ ਮੇਂ ਮੈਨੇ ਫਾਈਟ ਖੇਲੀ ਥੀ, ਦਿੱਲੀ ਮੇਂ ਮੈਨੇ ਪ੍ਰੋ ਰੈਸਲਿੰਗ ਸਕੇਲ ਮੇਂ ਫਾਈਟ ਖੇਲੀ ਥੀ ਤੋ ਜੈਸੇ ਖਲੀ ਕੀ ਹਾਈਟ ਹੈ 7'1" ਹਾਈਟ ਹੈ ਤੋ ਖਲੀ ਨੇ ਭਾਰਤ ਕਾ ਨਾਮ ਰੋਸ਼ਨ ਕੀਆ। ਵੈਸੇ ਮੈਂ ਚਾਹਤਾ ਹੂੰ ਕਿ ਮੈਂ ਵੀ ਭਾਰਤ ਕਾ ਨਾਮ ਰੋਸ਼ਨ ਕਰੂੰ ਔਰ ਜੈਸੇ WWE ਕੇ ਜਿਤਨੇ ਵੀ ਰੈਸਲਰ ਹੈ ਮੈਂ ਸਭ ਕੋ ਚੈਲੇਂਜ ਕਰਤਾ ਹੂੰ ਕਿ ਮੇਰੇ ਸਾਥ ਦੋ ਹੱਥ ਕਰੇ ਔਰ ਜੈਸੇ ਮੇਰੀ ਹਾਈਟ ਹੈ ਦੇਖੋ ਤੋ ਆਪ ਦੇਖ ਸਕਤੇ ਹੈ ਜੇ ਇੱਕ ਨਾਰਮਲ ਇਨਸਾਨ